ਬਿਲਕੁਲ ਛੋਟੀ ਜਿਹੀ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ। ਵੇਖੋ ਜਦੋਂ ਅਸੀਂ ਆਪਣੇ ਘਰੋਂ ਨਿਕਲਦੇ ਕਿਤੇ ਜਾਣ ਲਈ ਹਾਈਵੇ 'ਤੇ ਚੱਲਦੇ ਹਾਂ ਨਾ, ਸ਼ਰਾਬ ਪੀਣ ਵਾਲਿਆਂ ਲਈ ਕਾਨੂੰਨ ਬਣਿਆ ਵੀ ਤੁਸੀਂ ਸ਼ਰਾਬ ਪੀ ਕੇ ਡਰਾਈਵ ਨਹੀਂ ਕਰ ਸਕਦੇ, ਪਰ ਹੈਰਾਨੀ ਹੁੰਦੀ ਹੈ ਜੇ ਕਾਨੂੰਨ ਬਣਾਇਆ ਤਾਂ ਫਿਰ ਕਾਨੂੰਨ ਬਣਾਉਣ ਵਾਲਿਆਂ ਨੇ ਹਾਈਵੇ ਦੇ ਉੱਤੇ ਸੜਕਾਂ ਦੇ ਉੱਤੇ ਠੇਕੇ ਕਾਹਦੇ ਲਈ ਖੋਲ੍ਹੇ ਨੇ? ਕਿਉਂਕਿ ਜਦੋਂ ਜਾਈਦਾ ਨਾ, ਕਈ ਵਾਰ ਤੁਸੀਂ ਵੇਖਿਆ ਹੋਏਗਾ ਜਦੋਂ ਆਪਾਂ ਸਿੰਘੂ ਬਾਰਡਰ ਕ੍ਰੋਸ ਕਰਨ ਲੱਗਦੇ ਹਾਂ, ਉੱਥੇ ਕਈ ਵਾਰੀ ਬੜੀ ਗੱਡੀਆਂ, ਬਹੁਤ ਗੱਡੀਆਂ, ਐਂ ਕਈ ਵਾਰੀ ਜਾਮ ਲੱਗ ਜਾਂਦਾ, ਸੋਚੀਦਾ ਸ਼ਾਇਦ ਰੈਸਟੋਰੈਂਟ ਹੋਏਗਾ, ਉਹ ਧਿਆਨ ਪੈਂਦਾ ਫਿਰ ਪਤਾ ਲੱਗਦਾ ਇਹ ਤਾਂ ਸ਼ਰਾਬ ਦਾ ਠੇਕਾ ਜਿੱਥੇ ਇੰਨੀ ਭੀੜ ਲੱਗੀ, ਜਿਹੜਾ ਉੱਥੋਂ ਖਰੀਦ ਆ ਪੀ ਕੇ ਜਦੋਂ ਡਰਾਈਵ ਕਰੇਗਾ ਆਪਣਾ ਵੀ ਨੁਕਸਾਨ ਕਰੇਗਾ ਦੂਸਰੇ ਦਾ ਵੀ ਕਰੇਗਾ। ਜੇ ਤੁਸੀਂ ਇਹ ਯਕੀਨੀ ਬਣਾਇਆ ਵੀ ਸ਼ਰਾਬ ਪੀ ਕੇ ਜੋ ਡਰਾਈਵ ਕਰੇਗਾ ਉਹਦਾ ਚਲਾਨ ਹੋਏਗਾ, ਉਹਨੂੰ ਜੁਰਮਾਨਾ ਭਰਨਾ ਪਏਗਾ ਤਾਂ ਕਿ ਕਿਸੇ ਦਾ ਨੁਕਸਾਨ ਨਾ, ਫਿਰ ਤੁਸੀਂ ਇੱਥੋਂ ਅੱਛਾ ਕਿ ਉੱਥੇ ਠੇਕੇ ਨਾ ਖੋਲ੍ਹਦੇ ਤੁਸੀਂ, ਫਿਰ ਤੁਸੀਂ ਰੋਡ ਦੇ ਉੱਤੇ ਠੇਕੇ ਕਾਹਦੇ ਲਈ ਖੋਲ੍ਹੇ ਨੇ? ਇਹ ਸਰਕਾਰ ਦੀ ਨੀਤੀ ਨਹੀਂ ਕਿ ਇੱਕ ਪਾਸੇ ਉਹਨਾਂ ਨੂੰ ਸ਼ਰਾਬ ਦਿਓ ਤਾਂ ਪੈਸੇ ਲੁੱਟੋ, ਅਤੇ ਫਿਰ ਜਦੋਂ ਉਹ ਪੀ ਕੇ ਨਿਕਲੇ ਅਤੇ ਉਹਦਾ ਚਲਾਨ ਕਰੋ ਫਿਰ ਪੈਸੇ ਲੁੱਟੋ। ਪਰ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ, ਇਹ ਸਾਡੇ ਲਈ ਬਹੁਤ ਹਾਨੀਕਾਰਕ ਨੇ। ਕੋਈ ਦੂਸਰਾ ਪੀ ਕੇ ਸ਼ਰਾਬ ਪੀ ਕੇ ਗੱਡੀ ਚਲਾਉਂਦਾ, ਅਸੀਂ ਸਿੱਧੇ ਠੀਕ ਠਾਕ ਡਰਾਈਵ ਕਰ ਰਹੇ ਹੁੰਦੇ ਹਾਂ ਬੜੇ ਧਿਆਨ ਨਾਲ, ਪਰ ਜਦੋਂ ਦੂਸਰਾ ਆ ਕੇ ਇਸ ਤਰ੍ਹਾਂ ਦੀ ਹਰਕਤ ਕਰੇਗਾ ਸਾਡਾ ਵੀ ਜੀਵਨ ਲੀਲਾ ਖਤਮ ਕਰੇਗਾ ਆਪਣੀ ਵੀ, ਫਿਰ ਸਰਕਾਰਾਂ ਇਹਦੀ ਦੋਗਲੀ ਨੀਤੀ ਕਿਉਂ ਬਣਾਉਂਦੀਆਂ? ਇੱਕ ਪਾਸੇ ਤੁਸੀਂ ਕਾਨੂੰਨ ਬਣਾਇਆ ਹੋਇਆ, ਇੱਕ ਪਾਸੇ ਉੱਥੇ ਹੀ ਤੁਸੀਂ ਸੜਕਾਂ 'ਤੇ ਠੇਕੇ ਖੋਲ੍ਹੇ ਹੋਏ ਨੇ। ਇਹਨਾਂ ਵੱਲ ਵੀ, ਕਿਉਂਕਿ ਸਮਾਜਿਕ ਬੁਰਾਈਆਂ ਨੇ, ਸਾਡਾ ਧਿਆਨ ਦਿਵਾਉਣਾ ਫਰਜ਼ ਹੈ, ਉਹਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਣੀ ਸਾਡਾ ਫਰਜ਼ ਹੈ।